ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅਮਰੀਕਾ ਦੇ 에ਅਰਪੋਰਟ ਤੋਂ ਆਈ ਇਹ ਅਨੋਖੀ ਖਬਰ ਸਾਰੀ ਦੁਨੀਆ ਤੇ ਹੋਗੀ ਚਰਚਾ ਵੀਡੀਓ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਹੁਣ ਅਮਰੀਕਾ ਦੇ 에어ਪੋਰਟ ਤੋਂ ਇੱਕ ਅਨੋਖੀ ਖਬਰ ਸਾਹਮਣੇ ਆਈ ਹੈ ਜਿਸ ਦੀ ਦੁਨੀਆ ਤੇ ਚਰਚਾ ਹੋਊਗੀ ਆ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਜਿੱਥੇ ਲਾਸ ਐਂਜਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੱਕ ਅਜਿਹੀ ਖਬਰ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਇੱਕ ਵਿਅਕਤੀ ਦੇ ਚਲਦੇ ਜਹਾਜ਼ ਦੇ ਵਿੱਚੋਂ ਸ਼ਾਲ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਯਾਤਰੀ ਵੱਲੋਂ ਕਾਕਪਿਟ ਨਿਯਮਾਂ ਦੀ ਉਲੰਘਣਾ ਕਰਦਿਆਂ ਹੋਇਆਂ ਐਮਰਜੈਂਸੀ ਦਰਵਾਜ਼ਾ ਖੋਲ ਕੇ ਐਮਰਜੈਂਸੀ ਸਲਾਈਡ ਦੇ ਵਿੱਚੋਂ ਛਾਲ ਮਾਰ ਦਿੱਤੀ ਗਈ। ਇਹ ਘਟਨਾ ਕਾਰਨ ਐਬੀਏਰ 135 ਅਜੋਕੇ ਸాల్ਟ ਲੇਕ ਸਿਟੀ ਵੱਲ ਜਾ ਰਿਹਾ ਸੀ ਜਿਸ ਨੂੰ ਵਾਪਸ ਆਪਣਾ 게ਟ ਤੇ ਪਰਤਣਾ ਪਿਆਸ ਕਰਨਾ ਤੋਂ ਬਾਅਦ ਇਹ ਫਲਾਈਟ ਸ਼ੁੱਕਰਵਾਰ ਦੇਰ ਸ਼ਾਮ ਨੂੰ ਰਵਾਨਾ ਹੋਈ ਤੇ ਸ਼ਨੀਵਾਰ ਸਵੇਰੇ ਪੁਜੀ ਸਾਹਮਣੇ ਆਈ ਘਟਨਾ ਦੇ ਵਿੱਚ। FBI ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਵੇਰੇ 7 ਵਜੇ ਤੋਂ ਥੋੜੀ ਦੇਰ ਬਾਅਦ 에어ਪੋਰਟ ਦੇ ਗੇਟ ਤੋਂ ਇਹ ਉਡਾਨ ਚਲਾਈ ਗਈ ਸੀ ਉਸ ਸਮੇਂ ਇਸ ਵਿੱਚ ਸਵਾਰ ਇੱਕ ਵਿਅਕਤੀ ਦੇ ਵੱਲੋਂ ਛਾਲ ਮਾਰ ਦਿੱਤੀ ਗਈ ਜਿਸ ਨੂੰ ਬਾਅਦ ਵਿੱਚ ਜ਼ਖਮੀ ਹਾਲਤ ਦੇ ਵਿੱਚ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਗੰਭੀਰ ਹਾਲਤ ਹੋਣ ਦੇ ਕਾਰਨ ਹਸਪਤਲ ਲਿਜਾਇਆ ਗਿਆ ਵਿਅਕਤੀ ਦੇ ਵੱਲੋਂ ਕੀਤੀ ਗਈ ਅਜਿਹੀ ਕੋਜੀ ਹਰਕਤ ਦੇ ਨਾਲ ਹੋਰ ਯਾਤਰੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੋ ਦੋਸਤੋ ਇਸ ਤਰ੍ਹਾਂ ਦੇ ਵੀ ਲੋਕ ਇਸ ਸੰਸਾਰ ਦੇ ਵਿੱਚ ਹੋ ਗਏ ਨੇ ਅਨੋਖੀ ਖਬਰਾਂ ਵਾਕਈ ਹੀ ਅਨੋਖੀ ਖਬਰਾਂ ਕਦੀ ਤੁਸੀਂ ਵੀ ਇਸ ਤਰ੍ਹਾਂ ਦਾ ਜਹਾਦ ਦੇ ਵਿੱਚ ਸਫਰ ਕਰਦੇ ਕੋਈ ਦਰਘਟਨਾ ਵੇਖੀ ਹੈ ਤਾਂ ਕਮੈਂਟ ਸੈਕਸ਼ਨ 'ਚੋਂ ਜਰੂਰ ਉਸ ਘਟਨਾ ਦਾ ਜ਼ਿਕਰ ਕਰੋ ਧੰਨ